ਦੋਸਤੋ ਅੱਜ ਅਸੀਂ ਗੱਲ ਕਰਾਂਗੇ ਸਾਡੇ ਹਰਮਨ ਪਿਆਰੇ ਕਲਾਕਾਰ ਮਾਡਲ ਸਿੰਗਰ ਦੀ। ਇੱਕ ਲੋਕਪ੍ਰਿਯ ਇਨਸਾਨ ਕੋਈ ਹੋਰ ਨਹੀਂ ਸਾਡਾ ਆਪਣਾ ਜਸਦੀਪ ਸਿੰਘ ਗਿੱਲ ਜੱਸੀ ਗਿੱਲ ਹੈ। ਜੱਸੀ ਗਿੱਲ ਦਾ ਪੂਰਾ ਨਾਮ ਜਸਦੀਪ ਸਿੰਘ ਗਿੱਲ ਹੈ। ਉਸਦਾ ਜਨਮ ਪਿੰਡ ਜੰਡਿਆਲੀ ਨੇੜੇ ਖੰਨੇ ਦੇ ਹੋਇਆ। ਜੱਸੀ ਗਿੱਲ ਦਾ ਭਾਰ 65 ਕਿਲੋ ਅਤੇ ਕੱਦ 5'9" ਹੈ। ਉਸਦੀਆਂ ਅੱਖਾਂ ਅਤੇ ਬਾਲਾਂ ਦਾ ਰੰਗ ਕਾਲਾ ਹੈ। ਜੱਸੀ ਗਿੱਲ ਦੀ ਪੜ੍ਹਾਈ ਦੀ ਗੱਲ ਕਰੀਏ ਤਾਂ ਉਸਨੇ ਮੁੱਢਲੀ ਸਿੱਖਿਆ ਸੰਤ ਈਸਰ ਸਿੰਘ ਜੀ ਮੈਮੋਰੀਅਲ ਪਬਲਿਕ ਸਕੂਲ ਕਰਮਸਰ ਰਾੜਾ ਸਾਹਿਬ ਤੋਂ ਪ੍ਰਾਪਤ ਕੀਤੀ। ਉਸਨੇ ਗ੍ਰੈਜੂਏਸ਼ਨ ਦੀ ਪੜ੍ਹਾਈ ਗੋਬਿੰਦਗੜ੍ਹ ਕਾਲਜ ਤੋਂ ਪੂਰੀ ਕੀਤੀ। ਇਹਨਾਂ ਦੇ ਪਿਤਾ ਜੀ ਦਾ ਨਾਮ ਸਰਦਾਰ ਗੁਰਮਿੰਦਰ ਸਿੰਘ ਹੈ ਅਤੇ ਇਹ ਸਿੱਖ ਧਰਮ ਨੂੰ ਬਿਲੋਂਗ ਕਰਦੇ ਹਨ। ਜੱਸੀ ਗਿੱਲ ਦੀ ਹੋਬੀ ਦੀ ਗੱਲ ਕਰੀਏ ਤਾਂ ਉਹਨਾਂ ਨੂੰ ਸਨੂਕਰ ਅਤੇ ਪੋਲੋ ਖੇਡਣਾ ਬਹੁਤ ਪਸੰਦ ਹੈ। ਉਹਨਾਂ ਦਾ ਫੇਵਰੇਟ ਫੂਡ ਸਾਗ ਅਤੇ ਮੱਕੀ ਦੀ ਰੋਟੀ ਹੈ ਅਤੇ ਫੇਵਰੇਟ ਐਕਟਰ ਦੀ ਗੱਲ ਕਰੀਏ ਤਾਂ ਉਹ ਆਮਿਰ ਖਾਨ ਹਨ। ਉਹਨਾਂ ਦੇ ਫੇਵਰੇਟ ਐਕਟਰਸ ਕਟਰੀਨਾ ਕੈਫ ਅਤੇ ਨੀਰੂ ਬਾਜਵਾ ਹਨ ਅਤੇ ਫੇਵਰੇਟ ਸਿੰਗਰ ਇਸ ਤਰ੍ਹਾਂ ਹਨ ਗੁਰਦਾਸ ਮਾਨ, ਫਿਰੋਜ਼ ਖਾਨ, ਕਮਲ ਹੀਰ ਅਤੇ ਅਮਰਿੰਦਰ ਗਿੱਲ। ਜੱਸੀ ਗਿੱਲ ਨੂੰ ਰੈੱਡ ਕਲਰ ਬਹੁਤ ਪਸੰਦ ਹੈ। ਜੱਸੀ ਗਿੱਲ ਗਾਣੇ ਗਾਉਣ ਦੇ ਨਾਲ ਨਾਲ ਖੇਡਾਂ ਵਿੱਚ ਵੀ ਬਹੁਤ ਰੁਚੀ ਰੱਖਦੇ ਹਨ। ਉਹਨਾਂ ਨੂੰ ਵਾਲੀਬਾਲ ਅਤੇ ਕ੍ਰਿਕਟ ਖੇਡਣਾ ਬਹੁਤ ਪਸੰਦ ਹੈ। ਦੋਸਤੋ, ਜੱਸੀ ਗਿੱਲ ਨੇ ਕਦੇ ਵੀ ਜ਼ਿੰਦਗੀ ਵਿੱਚ ਸਿੰਗਰ ਬਣਨ ਬਾਰੇ ਨਹੀਂ ਸੀ ਸੋਚਿਆ। ਉਹਨਾਂ ਦੇ ਕਾਲਜ ਪ੍ਰੋਫੈਸਰ ਨਰਿੰਦਰ ਧਮਾਨ ਨੇ ਉਹਨਾਂ ਦੇ ਟੈਲੈਂਟ ਨੂੰ ਦੇਖਿਆ ਅਤੇ ਉਹਨਾਂ ਨੂੰ ਗਾਉਣ ਲਈ ਪ੍ਰੇਰਿਆ। ਆਪਣੇ ਕਾਲਜ ਤੋਂ ਬਾਅਦ ਉਹਨਾਂ ਨੇ ਸਟੇਜ ਸ਼ੋਅ ਲਾਉਣੇ ਸ਼ੁਰੂ ਕਰ ਦਿੱਤੇ ਅਤੇ ਉਹਨਾਂ ਦਾ ਸੁਪਰ ਹਿੱਟ ਗੀਤ ਲੈਂਸਰ ਨੇ ਪੂਰੇ ਪੰਜਾਬੀ ਮਿਊਜ਼ਿਕ ਇੰਡਸਟਰੀ ਵਿੱਚ ਧੂਮ ਮਚਾ ਦਿੱਤੀ। ਦੋਸਤੋ, ਜੱਸੀ ਗਿੱਲ ਨੂੰ 2014 ਵਿੱਚ PTC ਪੰਜਾਬੀ ਫਿਲਮ ਅਵਾਰਡ ਮਿਲਿਆ, ਜੋ ਕਿ ਉਹਨਾਂ ਦੀ ਬੈਸਟ ਡੈਬਿਊ ਫਿਲਮ ਮਿਸਟਰ ਐਂਡ ਮਿਸਿਜ 420 ਨੂੰ ਮਿਲਿਆ। ਉਹਨਾਂ ਦੇ ਬੱਬਲ ਰਾਏ ਅਤੇ ਪ੍ਰਭ ਗਿੱਲ ਨਾਲ ਪੂਰੀ ਗੂੜੀ ਦੋਸਤੀ ਹੈ। ਦੋਸਤੋ, ਇਹ ਸੀ ਜੱਸੀ ਗਿੱਲ। ਸੁਣਿਆ ਲੈ ਲਈ ਇੱਕ ਟਾਈਮ ਵਾਲੀ ਰੋਟੀ ਜਹੀ ਛੱਡ ਕੇ।